पुलिस ने कत्ल व इरादा कत्ल के मामले में 7 आरोपी किए गिरफ्तार। अवैध हथियार बरामद। होशियार पुलिस ने अलग अलग कत्ल व इरादा कत्ल के मामले को सुलझाते हुए 7 आरोपियों को गिरफ्तार करने में सफलता हासिल की है। पकड़े गए आरोपियों से अवैध हथियार भी बरामद हुए। पुलिस लाइन में प्रेस कॉन्फ्रेंस के दौरान SSP अमनीत कोंडल ने बताया कि पुलिस द्वारा कत्ल व इरादा कत्ल के मामलों को सुलझाने के लिए ASP डी रविंदर पाल सिंह संधु के नेतृत्व में विशेष टीम का गठन किया गया था, जिसके द्वारा मामले की गहनता से जांच करते हुए 7 आरोपियों को अलग अलग जगह से काबू किया गया, जिनसे 4 अवैध हथियार भी बरामद किए। SSP अमनीत कोंडल ने बताया कि आरोपियों के खिलाफ अलग अलग धाराओं के तहत मामला दर्ज कर आगे की कार्रवाई शुरू कर दी है। ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਮਕਸਦ ਇਹ ਹੈ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਹੈ ਔਰ ਸਾਡੇ ਕੁਝ ਸਰਕਲ ਦੇ ਜਿਹੜੇ SHOs ਹੈ ਜਿੱਦਾਂ ਗੜਸ਼ੰਕਰ ਦੀ ਸਬ ਡਿਵੀਜ਼ਨ ਹੈ ਲੈਡ ਬਾਈ ASP ਗੜਸ਼ੰਕਰ ਤੁਸ਼ਾਰ ਗੁਪਤਾ, ਇਹਨਾਂ ਸਾਰਿਆਂ ਨੇ ਮਿਲ ਕੇ CI ਦੇ ਇੰਚਾਰਜ ਸ਼ਿਵ, ਇਹਨਾਂ ਸਾਰਿਆਂ ਨੇ ਮਿਲ ਕੇ ਕੁਝ ਬਹੁਤ ਵਧੀਆ ਕੇਸਿਸ ਬੰਦੇ ਕ੍ਰਿਮੀਨਲ ਐਕਟੀਵਿਟੀ ਵਾਲੇ ਬੰਦਿਆਂ ਨੂੰ ਫੜਿਆ ਗਿਆ, ਜਿਨ੍ਹਾਂ ਤੋਂ ਸਾਨੂੰ ਕਾਫੀ ਬਰਾਮਦਗੀ ਵੀ ਹੋਈ ਹੈ, ਉਸੇ ਕਰਕੇ FIR ਪ੍ਰੈਸ ਕਾਨਫਰੰਸ ਰੱਖੀ ਗਈ ਸੀ। ਸਭ ਤੋਂ ਪਹਿਲਾਂ ਜੀ FIR ਨੰਬਰ 136 2 ਸਤੰਬਰ ਇਸੇ ਮਹੀਨੇ ਮਰਡਰ ਕੇਸ ਦੀ ਲੌਜ ਹੋਈ ਸੀ, ਜਿਹਦਾ ਮੁਦਈ ਸੀਗਾ ਹਰਕਮਲ ਸਿੰਘ, ਸਨ ਆਫ ਕੇਹਰ ਸਿੰਘ, ਵਾਰਡ ਨੰਬਰ 13 ਗੜਸ਼ੰਕਰ ਕੰਪਲੇਨੈਂਟ ਸੀਗਾ। ਉਹਨਾਂ ਦਾ ਜਿਹੜਾ ਬੇਟਾ ਗੁਰਪ੍ਰੀਤ ਸਿੰਘ, ਉਹਨੂੰ ਬਹੁਤ ਹੀ ਬਹਿਰਹਿਮੀ ਨਾਲ ਮਾਰਿਆ ਗਿਆ ਸੀ ਉਹਦੇ ਘਰ ਚ ਵੜ ਕੇ। ਉਸ ਕੇਸ ਦੇ ਅਸੀਂ 3 ਜਿਹੜੇ ਅਕਿਊਜ਼ਡ ਹੈ ਉਹਨਾਂ ਨੂੰ ਅੱਜ ਫੜ ਲਿਆ, ਜਿਨ੍ਹਾਂ ਦਾ ਨਾਂ ਹੈ ਗਗਨਦੀਪ ਸਿੰਘ ਉਰਫ ਤੱਤਾ, ਇਹ ਵੀ ਗੜਸ਼ੰਕਰ ਦਾ ਹੀ ਰਹਿਣ ਵਾਲਾ ਹੈ, ਦਵਿੰਦਰ ਸਿੰਘ ਉਰਫ ਮੰਗੂ, ਮਨਜੀਤ ਸਿੰਘ ਉਰਫ ਮਿੰਟੂ। ਇਹਨਾਂ ਤਿੰਨਾਂ ਨੂੰ ਅੱਜ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਦਾ ਇੱਕ ਚੌਥਾ ਜਿਹੜਾ ਦੋਸਤ ਹੈ ਮੁਲਜ਼ਮ ਸਾਹਿਲ ਉਰਫ ਸ਼ਾਲੂ, ਇਹ ਹਲੇ ਅਰੈਸਟ ਕਰਨਾ ਬਾਕੀ ਹੈ। ਆਈ ਐਮ ਸ਼ੋਰ ਬਹੁਤ ਜਲਦੀ ਅਸੀਂ ਉਹਨੂੰ ਵੀ ਅਰੈਸਟ ਕਰ ਲਾਂਗੇ। ਤੇ ਜਿਹੜੀ ਇੱਕ ਅਸੀਂ ਅੱਜ 138 ਨੰਬਰ ਮੁਕੱਦਮਾ ਦਰਜ ਕੀਤਾ ਅਸਲਾ ਐਕਟ ਦੇ ਅਧੀਨ, ਇਹ ਜਿਹੜੇ ਅਸੀਂ ਅੱਜ ਫੜੇ ਹੈ ਅਕਿਊਜ਼ਡ, ਇਹਨਾਂ ਤੋਂ ਸਾਨੂੰ ਗਗਨਦੀਪ, ਪਰਮਿੰਦਰ, ਤਰਨਜੀਤ ਔਰ ਮਨਜੀਤ, ਇਹਨਾਂ ਤੋਂ ਸਾਨੂੰ ਰਿਕਵਰੀਜ਼ ਹੋਈਆਂ ਜੀ, 2 ਪਿਸਟਲ, 3 ਮੈਗਜ਼ੀਨ, 18 ਲਾਈਵ ਕਾਰਟਰਿਜ, 2 ਦੇਸੀ ਪਿਸਟਲ, 315 ਬੋਰ ਔਰ 2 ਲਾਈਵ ਕਾਰਟਰਿਜ। ਸੋ ਇਹਨਾਂ ਰਿਕਵਰੀਜ਼ ਦੇ ਵੀ ਹਫ਼ਤੇ ਅਸੀਂ ਇਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ। ਇਹਨਾਂ ਸਾਰਿਆਂ ਤੇ ਹੀ ਕੋਈ ਨਾ ਕੋਈ ਹਰਟ ਕੇਸ, ਮਰਡਰ ਜਾਂ ਅਟੈਂਪਟ ਟੂ ਮਰਡਰ ਟਾਈਪ ਦੇ ਪਹਿਲਾਂ ਮੁਕੱਦਮੇ ਦਰਜ ਹੈ, ਇਸ ਕਰਕੇ ਕਿਉਂਕਿ ਇਹ ਵਾਨਬੀ ਗੈਂਗਸਟਰਸ ਔਰ ਕ੍ਰਿਮੀਨਲ ਟੈਂਡੈਂਸੀ ਦੇ ਬੰਦੇ ਹੈ, ਇੱਦਾਂ ਦੇ ਬੰਦਿਆਂ ਨੂੰ ਲੱਤ ਪਾ ਕੇ ਬਹੁਤ ਜ਼ਿਆਦਾ ਸਾਡੀ ਸੋਸਾਇਟੀ ਨੂੰ ਵੀ ਵਧੀਆ ਇਫੈਕਟ ਹੁੰਦਾ। ਤੀਜਾ ਕੇਸ ਹੈ ਜੀ SC ਨੰਬਰ FIR 21 ਜੂਨ ਦਾ, ਇਹ ਵੀ 307, 427, 148, 149 ਔਰ ਅਸਲਾ ਐਕਟ ਚ ਦਰਜ ਸੀ। ਇਹਦੇ ਜਿਹੜੇ 2 ਪਰਮਿੰਦਰ ਸਿੰਘ ਉਰਫ ਪਿੰਦਰ ਔਰ ਤਰਨਜੀਤ ਸਿੰਘ ਹੈ, ਇਹ ਇਸ ਕੇਸ ਚ ਵਾਂਟਡ ਸੀਗੇ, ਇਹਨਾਂ ਦੀ ਅਰੈਸਟ ਨਾ ਲਈ ਵਾਲਾ ਕੇਸ ਵੀ ਸਾਡਾ ਟਰੇਸ ਹੋ ਗਿਆ। ਇਸ ਤੋਂ ਇਲਾਵਾ ਸਦਰ ਥਾਣੇ ਚ ਕੱਲ ਇੱਕ ਮਰਡਰ ਦਾ ਕੇਸ ਲੌਂਚ ਹੋਇਆ ਸੀ, ਜਿੱਥੇ ਨੀਰਜ ਨਾਂ ਦੇ ਪ੍ਰਵਾਸੀ ਵਿਅਕਤੀ ਨੇ ਆਪਣੀ ਵਾਈਫ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਉਹਨੂੰ ਲਾਸ਼ ਨੂੰ ਵੀ ਖੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹਦੇ ਚ DSP ਹੈੱਡਕੁਆਰਟਰ ਗੁਰਪ੍ਰੀਤ, SHO ਸਦਰ ਸੁਰਜੀਤ, ਇਹਨਾਂ ਨੇ ਬਹੁਤ ਹੀ ਟੈਕਨੀਕਲੀ ਇਹ ਕੇਸ ਟਰੇਸ ਕਰਕੇ ਵਿਦਇਨ ਲੈਸ ਦੈਨ 12 ਆਵਰਸ ਇਸ ਕੇਸ ਨੂੰ ਟਰੇਸ ਕੀਤਾ ਤੇ ਜਿਹੜਾ ਦੋਸ਼ੀ ਹੈ ਉਹਨੂੰ ਅੰਬਾਲੇ ਤੱਕ ਜਾ ਕੇ ਫੜਿਆ। ਸੋ ਦੈਟ ਇਜ਼ 1 ਮੋਰ ਮਰਡਰ ਕੇਸ ਸੋਲਵਡ। ਔਰ ਚੌਥਾ ਹੈਗਾ ਜੀ 129 ਨੰਬਰ ਮੁਕੱਦਮਾ 18 ਅਗਸਤ 2020 ਦਾ, ਇਹ ਵੀ ਇੱਥੇ ਦਾ ਕਾਫੀ ਸੈਂਸੇਸ਼ਨਲ ਕੇਸ ਸੀਗਾ। ਬਰੋਡ ਡੇਡ ਲਾਈਟ ਚ ਫਾਇਰਿੰਗ ਹੋਈ ਸੀ, 307 ਔਰ ਅਸਲੈਟ ਚ ਪਰਚਾ ਦਰਜ ਹੋਇਆ ਸੀ। ਇਹਦੇ ਬਾਕੀ ਸਾਰੇ ਅਕਿਊਜ਼ਡ ਆਲਰੇਡੀ ਅਰੈਸਟਡ ਹੈ, ਜਿਹੜਾ ਇਕਲੌਤਾ ਹੁਣ ਰਹਿੰਦਾ ਸੀ ਵਾਂਟਡ, ਉਹਦੀ LOC ਅਸੀਂ ਜਾਰੀ ਕਰਾਈ ਸੀ ਤੇ ਕੱਲ ਅਸੀਂ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਲੇਟ ਨਾਈਟ ਉਹਨੂੰ ਅਰੈਸਟ ਕਰ ਲਿਆ, ਤੇ ਇਸ ਨਾਲ ਇਹ ਵੀ ਬਹੁਤ ਵੱਡਾ ਸਾਡਾ ਕੇਸ ਫਾਈਨਲੀ ਕਲੋਜ਼ ਹੋ ਗਿਆ। ਇਹਦੇ 4 ਕੇਸ ਨੂੰ ਟ੍ਰੇਸ ਹੋਇਆ, ਵਿੱਚ ਕਿੰਨੇ ਬੰਦੇ ਟੋਟਲ ਮੇਰੀ ਅਰੈਸਟ ਹੋਏ? ਟੋਟਲ ਜੀ ਅਰੈਸਟ ਹੋਏ 7 ਦੋਸ਼ੀ ਅਰੈਸਟ ਹੋਏ। ਮੈਡਮ ਬੱਚਾ ਵੀ ਬਰਾਮਦ ਕਰ ਲਿਆ ਕੱਲ ਸਦਰ? ਬੱਚੇ ਦਾ ਮੈਂ ਜੀ ਚੈੱਕ ਕਰ ਲੂੰਗੀ। ਮੁਜਰਿਮਾਂ ਦਾ ਹੋਰ ਵੀ ਕਿਸੇ ਗੈਂਗ ਦੇ ਨਾਲ ਤੱਕ ਕਰ? ਸੋਰੀ, ਮੁਜਰਿਮ ਜਿਹੜੇ ਵੀ ਹੈ ਇਹਨਾਂ ਦੇ ਕਿਸੇ ਹੋਰ ਗੈਂਗ ਦੇ ਨਾਲ ਵੀ ਤੁਹਾਨੂੰ ਕਰ? ਅਸੀਂ ਜੀ ਹਾਲੇ ਅਰੈਸਟ ਹੀ ਕੀਤਾ, ਜਦੋਂ ਇਹਨਾਂ ਦੀ ਰਿਮਾਂਡ ਮਿਲੇਗੀ ਤਾਂ ਵੀ ਵਿਲ ਸੀ ਹੋਰ ਇਹਨਾਂ ਦੇ ਕਿਹਦੇ ਕਿਹਦੇ ਨਾਲ ਲਿੰਕ ਹੈ, ਤੇ ਆਈ ਐਮ ਸ਼ੋਰ ਸਾਨੂੰ ਹੋਰ ਵੀ ਕਾਫੀ ਇਨਫੋਰਮੇਸ਼ਨ ਮਿਲੇਗੀ ਤੇ ਅਸੀਂ ਹੋਰ ਵੀ ਫੜਾਂਗੇ ਇਹਨਾਂ ਦੇ ਨਾਲ। ਠੀਕ ਹੈ।